अमृतसर पुलिस वालों शहर च वध रहीआं लुट्टां खोहां दीआं वारदातां ते नकेल पाउंदिआं दो वड्डीआं वारदातां नूं सुलझाउण दा मामला सामने आया है। अमृतसर पुलिस लाइन विच एक प्रेस कॉन्फ्रेंस नूं संबोधित करदिआं सरदार मुखविंदर सिंह भुल्लर DCP डिटेक्टिव अमृतसर ने दस्सिआ कि पिछले दिनी ग्रीन एवन्यू विखे एक बुजुर्ग औरत नाल होई लुट दा मामला भी सुलझा लिया गया है। अते इस संबंध विच उस घर विच काम करदी नौकरानी नूं गिरफ्तार किया गया है। ਉਹਦੇ ਵਿੱਚ ਜਿਹੜੀ ਓਲਡ ਲੇਡੀ ਸੀਗੀ ਉਹਦੀ ਕੇਅਰ ਲਈ ਉਹਨਾਂ ਦੇ ਘਰਦਿਆਂ ਨੇ ਨੇਚਰ ਕੇਅਰ ਇੱਕ ਹੈਗੀ ਹੈ ਏਜੰਸੀ ਜੀਰਕਪੁਰ ਦੇ ਵਿੱਚ ਉਹਨੂੰ ਕਹਿ ਕੇ ਇੱਕ ਮਹੀਨਾ ਪਹਿਲਾਂ ਇੱਕ ਲੇਡੀਜ਼ ਰੱਖੀ ਸੀ ਜੋ ਇਹਦਾ ਇਹ ਲੇਡੀ ਓਲਡ ਲੇਡੀ ਦਾ ਖਿਆਲ ਰੱਖਦੀ ਸੀਗੀ ਔਰ ਜਸਵਿੰਦਰ ਕੌਰ ਉਹਦਾ ਨਾਂ ਆ ਉਸੇ ਨੇ ਆਪਦੇ ਜਵਾਈ ਔਰ ਆਪਣੇ ਜਵਾਈ ਦੇ ਭਰਾ ਦੇ ਨਾਲ ਰਲ ਕੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਆ ਜਿਹਦੇ ਵਿੱਚ ਜਿਹੜੀ ਇਹ ਜਸਵਿੰਦਰ ਕੌਰ ਹੈ ਇਹਨੂੰ ਅੱਜ ਸਿਵਲ ਲਾਈਨ ਪੁਲਿਸ ਨੇ ਅਰੈਸਟ ਕਰ ਲਿਆ ਜਿਹੜੇ ਇਹਦਾ ਇੱਕ ਜਵਾਈ ਔਰ ਜਸਪ੍ਰੀਤ ਔਰ ਇੱਕ ਉਹਦਾ ਭਰਾ ਜਿਹੜਾ ਆ ਉਹ ਅਰੈਸਟ ਕਰਨ ਵਾਲੇ ਰਹਿੰਦੇ ਆ ਜਿਨ੍ਹਾਂ ਨੂੰ ਅਸੀਂ ਜਲਦੀ ਅਰੈਸਟ ਕਰ ਲਾਂਗੇ। ਇਸੇ ਤਰ੍ਹਾਂ ਸ਼ਹਿਰ ਦੇ ਮੁੱਖ ਚੌਂਕ ਟਾਲੀ ਸਾਹਿਬ ਵਿਖੇ ਹੋਈ ਇੱਕ ਕੱਪੜਾ ਵਪਾਰੀ ਨਾਲ ਲੁੱਟ ਖੋਹ ਦੇ ਮਾਮਲੇ ਨੂੰ ਵੀ ਸੁਲਝਾ ਲਿਆ ਗਿਆ ਜਿਸ ਦੇ ਸੰਬੰਧ ਵਿੱਚ 3 ਮੁਜਰਮਾਂ ਨੂੰ ਗ੍ਰਿਫਤਾਰ ਕੀਤਾ ਗਿਆ ਅਤੇ 3 ਲੱਖ ਤੋਂ ਉੱਤੇ ਰਕਮ ਜਿਹੜੀ ਆ ਉਹ ਬਰਾਮਦ ਕੀਤੀ ਗਈ ਹੈ। ਟਾਲੀ ਬਾਜ਼ਾਰ ਵਾਲਾ ਜਿਹੜਾ ਕੇਸ ਹੈ ਉਹ 3 ਲੜਕੇ ਜਿਹੜੇ ਨੇ ਉਹ ਉਸੇ ਬਾਜ਼ਾਰ ਦੇ ਹੀ ਪਾਏ ਗਏ ਨੇ ਔਰ ਉਹਦੇ ਵਿੱਚ ਜਿਹੜਾ ਸਿਮਰਪ੍ਰੀਤ ਸਿੰਘ ਲੜਕਾ ਹੈ ਦੂਸਰਾ ਦਿਨੇਸ਼ ਕਸ਼ਪ ਅਤੇ ਤੀਸਰਾ ਯੋਗੇਸ਼ ਉਰਫ ਯੂਸੂ। ਯੋਗੇਸ਼ ਯੂਸੂ ਜਿਹੜਾ ਸੀਗਾ ਇਹ ਉੱਥੇ 9 ਨੰਬਰ ਦੁਕਾਨ 'ਚ ਕੰਮ ਕਰਦਾ ਸੀਗਾ ਔਰ ਇੱਕ ਲੜਕਾ ਜਿਹੜਾ 32 ਨੰਬਰ ਦੁਕਾਨ 'ਚ ਕੰਮ ਕਰਦਾ ਸੀਗਾ ਔਰ ਜਿਹੜਾ ਹੈਗਾ ਸਿਮਰਪ੍ਰੀਤ ਇਹਦੀ ਚਾਹ ਦੀ ਦੁਕਾਨ ਆ ਉੱਥੇ। ਇਹ 3 ਨੇ ਪਿਛਲੇ ਹਫ਼ਤੇ ਵੀ ਉੱਥੇ ਰੈਕੀ ਕੀਤੀ ਸੀਗੀ ਔਰ ਉਸ ਦਿਨ ਵੀ ਇਹਨਾਂ 3 ਨੇ ਪਲੈਨਿੰਗ ਬਣਾ ਕੇ ਵੀ ਇਸ ਟਾਈਮ 'ਤੇ ਬਜ਼ੁਰਗ ਆਉਂਦਾ ਹੈ ਅਤੇ ਕੋਈ ਕਾਫ਼ੀ ਪੈਸੇ ਹੁੰਦੇ ਨੇ ਉਹ ਜਿਹੜੀ ਦੁਕਾਨ ਦੇ ਉੱਤੇ ਦੇਣ ਗਿਆ ਸੀਗਾ ਉਸ ਦੁਕਾਨ 'ਤੇ ਵੀ ਇਹ ਯੂਸੂ ਜਿਹੜਾ ਕੰਮ ਕਰਦਾ ਸੀਗਾ। ਇਹਨਾਂ 3 ਨੇ ਉਹਦੇ ਕੋਲੋਂ ਪੈਸੇ ਖੋਹ ਕੇ 5 ਲੱਖ ਰੁਪਈਆ ਭੱਜ ਗਏ ਔਰ ਇਹਦੇ ਵਿੱਚੋਂ ਜਿਹੜਾ ਪੁਲਿਸ ਨੇ ਇਹਨਾਂ ਨੂੰ 48 ਘੰਟਿਆਂ 'ਚ ਹੀ ਅਰੈਸਟ ਕਰਕੇ ਇਹਨਾਂ ਤੋਂ 3,67,000 ਰੁਪਈਆ ਜਿਹੜਾ ਲੁੱਟਦਾ ਆ ਉਹ ਰਿਕਵਰ ਕਰਾ ਲਿਆ। ਅੰਮ੍ਰਿਤਸਰ ਤੋਂ ਰਾਜਕੁਮਾਰ ਸ਼ਰਮਾ ਦੀ ਰਿਪੋਰਟ।